ਇਸ ਦੇ ਨਾਲ ਹੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਚਰਨਜੀਤ ਚੰਨੀ ਦੇ ਮੁੱਦੇ ਤੇ ਮਨਪ੍ਰੀਤ ਬਾਦਲ ਦਾ ਕਹਿਣਾ ਸੀ ਕਿ ਉਹ ਉਹਨਾਂ ਦੇ ਸਪੋਕਸਮੈਨ ਨਹੀਂ ਨੇ, ਲੇਕਿਨ ਇਹ ਕਹਿਣਾ ਚਾਹੁਣਗੇ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਸਥਾਪਿਤ ਕਰਨੀ ਸਰਕਾਰ ਦਾ ਧਰਮ ਹੈ, ਕਾਨੂੰਨ ਦਾ ਉਲੰਘਣ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਏਗਾ। ਸੋ ਮੈਂ ਨਾ ਤਾਂ ਕੋਈ ਚੰਨੀ ਜੀ ਦਾ ਕੋਈ ਸਪੋਕਸਪਰਸਨ ਹੈ ਜਾਂ ਬਾਜਵਾ ਸਾਹਿਬ ਦਾ, ਤਾਂ ਇਹ ਤਾਂ ਤੁਸੀਂ ਉਹ ਇਹ ਸਵਾਲ ਇਹ ਮਨਪ੍ਰੀਤ ਨਹੀਂ ਜਵਾਬ ਦੇ ਸਕਦਾ। ਪਰ ਮੈਂ ਫਿਰ ਕਹਿੰਦਾ, ਸਰਕਾਰ ਦਾ ਸਭ ਤੋਂ ਵੱਡਾ ਧਰਮ ਹੈ ਕਿ ਲਾਅ ਐਂਡ ਆਰਡਰ ਮੇਨਟੇਨ ਕਰਨਾ ਹੈ। ਹਰ ਇਨਸਾਨ ਦੀ ਜਿਹੜੀ ਉਹਦੀ ਜ਼ਿੰਦਗੀ ਦਾ ਉਹਦਾ ਮਾਲ ਦੀ ਉਹਦੀ ਹਿਫਾਜ਼ਤ ਕਰਨੀ ਹੈ। ਔਰ ਇਹਦੇ ਵਿੱਚ ਮੈਂ ਫਿਰ ਕਹਿੰਦਾ, ਵੱਡੇ ਛੋਟੇ ਦੀ ਕੋਈ ਤਮੀਜ਼ ਨਹੀਂ ਹੈ, ਲਾਅ ਐਂਡ ਆਰਡਰ ਮੇਨਟੇਨ ਹੋਏਗਾ।